ਜਿਸ ਤਰ੍ਹਾਂ ਇਹਦੇ ਨਾਂ ਦੇ ਵਿੱਚੋਂ ਹੀ ਸਪਸ਼ਟ ਹੈ ਕਿ ਪੰਜਾਬ ਬਚਾਓ ਯਾਤਰਾ ਕੱਢਣ ਦਾ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਇਸ ਥਾਂ ਦੇ ਉੱਤੇ ਪਹੁੰਚ ਗਏ ਹੈ ਕਿ ਪੰਜਾਬ ਦੀ ਜਨਤਾ ਅਗਰ ਨਾ ਜਾਗੀ, ਇਕੱਠੀ ਨਾ ਹੋਈ, ਪਾਰਲੀਮੈਂਟ ਦੇ ਵਿੱਚ ਸਾਰਿਆਂ ਨੇ ਰਲ ਕੇ ਕੋਈ ਚੰਗਾ ਫੈਸਲਾ ਨਾ ਕੀਤਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪੰਜਾਬ ਨੂੰ ਦੁਬਾਰਾ ਰਿਵਾਈਵ ਕਰਨਾ ਬਹੁਤ ਮੁਸ਼ਕਲ ਹੋ, ਕਿਉਂਕਿ ਪੰਜਾਬ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਨਿਕਲ ਰਿਹਾ, ਜਿਹਦੇ 'ਚ ਵਿੱਤੀ ਸੰਕਟ ਵੀ ਹੈ ਕਿ 70,000 ਕਰੋੜ ਦਾ ਕਰਜ਼ਾ ਸਟੇਟ ਦੇ ਵਿੱਚ ਲਿਆ ਗਿਆ, ਔਰ ਉਹ ਕਰਜ਼ਾ ਕੋਈ ਚੰਗੇ ਕੰਮ ਵਾਸਤੇ, ਡਿਵੈਲਪਮੈਂਟ ਵਾਸਤੇ ਨਹੀਂ ਹੈ, ਕੇਜਰੀਵਾਲ ਦੀਆਂ ਜਿਹੜੀਆਂ ਰਾਜਸੀ ਇਛਾਵਾਂ ਪੂਰੀਆਂ ਕਰਨ ਵਾਸਤੇ ਉਜਾੜਾ ਪੰਜਾਬ ਦਾ ਕੀਤਾ ਜਾ ਰਿਹਾ। ਹੈਲੀਕਾਪਟਰ ਸਾਡੇ ਇੱਥੋਂ ਐਡਵਰਟਾਈਜਮੈਂਟ ਸੈਂਕੜੇ ਕਰੋੜਾਂ ਦੀ ਸਾਡੀ ਖਰਚੇ, ਸਿਕਿਉਰਟੀਆਂ ਸਾਡੀਆਂ, ਅਤੇ ਜਿਹੜਾ ਕਰਜ਼ਾ ਸਾਡੇ ਸਿਰ 'ਤੇ, ਵਿਆਜ ਅਸੀਂ ਭਰੀਏ ਅਤੇ ਵਰਤਣਗੇ ਉਹ ਜਿਵੇਂ ਕੇਜਰੀਵਾਲ ਚਾਹੁੰਦੇ ਆ। ਸਾਰੀ ਸੂਬੇ ਦੀ ਸਰਕਾਰ ਗਹਿਣੇ ਰੱਖ ਦਿੱਤੀ ਕੇਜਰੀਵਾਲ ਕੋਲ, ਇਹ ਬਹੁਤ ਸਾਡਾ ਵੱਡਾ ਇਸ਼ੂ। ਦੂਜੀ ਗੱਲ ਹੈ ਕਿ ਲਾਅ ਐਂਡ ਆਰਡਰ ਟੋਟਲ ਪੰਜਾਬ ਦੇ ਵਿੱਚ ਖਤਮ ਹੋ ਗਿਆ, ਲੁੱਟਾਂ ਖੋਹਾਂ ਕਤਲਾਂ ਡਾਕੇ, ਹਰ ਰੋਜ਼ ਇੱਕ ਵੀ ਬੰਦਾ ਕਿਤੇ ਅੱਜ ਸੇਫ ਨਹੀਂ ਮਹਿਸੂਸ ਹੁੰਦਾ। ਆ ਬਾਰਡਰ ਦੇ ਵਿੱਚ ਵਪਾਰ ਪਾਕਿਸਤਾਨ ਨਾਲ ਬੰਦ ਹੋਣ ਕਰਕੇ ਸਾਡੀ ਆਰਥਿਕਤਾ ਬਹੁਤ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਜਿਹੜੀ ਆ ਹੋ ਰਹੀ, ਜਿਹੜੀ ਹੈ ਡਿਵੈਲਪਮੈਂਟ ਬੰਦ ਹੋ ਰਹੀ ਹੈ, ਬੇਰੁਜ਼ਗਾਰੀ ਸਿੱਖਾਂ ਦੇ ਉੱਤੇ ਪਹੁੰਚ ਗਈ ਹੈ। ਇਹ ਸਾਰੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਰਲ ਕੇ ਇਕੱਠੇ ਹੋ ਕੇ ਸਾਨੂੰ ਕੁਛ ਕਰਨ ਦੇ। ਚਲੋ ਅਸੀਂ ਹੁਣ ਲੋਕਾਂ ਦੀ ਕਚਹਿਰੀ 'ਚ ਸਾਰਾ ਪੱਖ ਰੱਖਾਂਗੇ, ਉਹ ਆਪਣਾ ਰੱਖਣ, ਅਸੀਂ ਆਪਣਾ ਰੱਖਾਂਗੇ। ਆਹ ਹੁਣ 10,70,000 ਨੀਲੇ ਕਾਰਡ ਕੱਟ ਦਿੱਤੇ ਅਤੇ ਹੁਣ ਪਾਰਲੀਮੈਂਟ ਆ ਗਈ ਅਤੇ ਬਹਾਲ ਕਰ ਦਿੱਤੇ, ਅਤੇ ਜਿਹੜਾ ਇਹਨਾਂ ਲੋਕਾਂ ਨੇ 2,500 ਰੁਪਏ ਕੁਇੰਟਲ ਕਣਕ ਲੈ ਕੇ 2 ਸਾਲ ਗਰੀਬੀ 'ਚ ਖਾਧੀ ਹੈ, ਇਹ ਵੀ ਪੁਰਾਣੀਆਂ ਸਰਕਾਰਾਂ ਦਾ ਕਸੂਰ ਸੀ। ਪੁਰਾਣੀਆਂ ਤਾਂ ਦੇ ਕੇ ਗਈਆਂ ਸੀ, ਤੁਸੀਂ ਆ ਕੇ ਬੰਦ ਕਰਤਾ। ਚਲੋ ਉਹਨਾਂ ਦਾ ਆਪਣਾ ਇੰਟਰਨਲ ਮਸਲਾ, ਅਸੀਂ ਜਿਹੜੇ ਵੱਡੇ ਕਾਜ ਵਾਸਤੇ ਨਿਕਲੇ ਹਾਂ ਉੱਥੇ ਅਸੀਂ ਡਟ ਕੇ ਆਪਣਾ ਪੈਰ ਲਿਆ। ਜਿਸ ਤਰ੍ਹਾਂ ਇਹਦੇ ਨਾਂ ਦੇ ਵਿੱਚੋਂ ਹੀ ਸਪਸ਼ਟ ਹੈ ਕਿ ਪੰਜਾਬ ਬਚਾਓ ਯਾਤਰਾ ਕੱਢਣ ਦਾ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਇਸ ਥਾਂ ਦੇ ਉੱਤੇ ਪਹੁੰਚ ਗਏ ਹੈ ਕਿ ਪੰਜਾਬ ਦੀ ਜਨਤਾ ਅਗਰ ਨਾ ਜਾਗੀ, ਇਕੱਠੀ ਨਾ ਹੋਈ, ਪਾਰਲੀਮੈਂਟ ਦੇ ਵਿੱਚ ਸਾਰਿਆਂ ਨੇ ਰਲ ਕੇ ਕੋਈ ਚੰਗਾ ਫੈਸਲਾ ਨਾ ਕੀਤਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪੰਜਾਬ ਨੂੰ ਦੁਬਾਰਾ ਰਿਵਾਈਵ ਕਰਨਾ ਬਹੁਤ ਮੁਸ਼ਕਲ ਹੋ, ਕਿਉਂਕਿ ਪੰਜਾਬ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਨਿਕਲ ਰਿਹਾ, ਜਿਹਦੇ 'ਚ ਵਿੱਤੀ ਸੰਕਟ ਵੀ ਹੈ ਕਿ 70,000 ਕਰੋੜ ਦਾ ਕਰਜ਼ਾ ਸਟੇਟ ਦੇ ਵਿੱਚ ਲਿਆ ਗਿਆ, ਔਰ ਉਹ ਕਰਜ਼ਾ ਕੋਈ ਚੰਗੇ ਕੰਮ ਵਾਸਤੇ, ਡਿਵੈਲਪਮੈਂਟ ਵਾਸਤੇ ਨਹੀਂ ਹੈ, ਕੇਜਰੀਵਾਲ ਦੀਆਂ ਜਿਹੜੀਆਂ ਰਾਜਸੀ ਇਛਾਵਾਂ ਪੂਰੀਆਂ ਕਰਨ ਵਾਸਤੇ ਉਜਾੜਾ ਪੰਜਾਬ ਦਾ ਕੀਤਾ ਜਾ ਰਿਹਾ। ਹੈਲੀਕਾਪਟਰ ਸਾਡੇ ਇੱਥੋਂ ਐਡਵਰਟਾਈਜਮੈਂਟ ਸੈਂਕੜੇ ਕਰੋੜਾਂ ਦੀ ਸਾਡੀ ਖਰਚੇ, ਸਿਕਿਉਰਟੀਆਂ ਸਾਡੀਆਂ, ਅਤੇ ਜਿਹੜਾ ਕਰਜ਼ਾ ਸਾਡੇ ਸਿਰ 'ਤੇ, ਵਿਆਜ ਅਸੀਂ ਭਰੀਏ ਅਤੇ ਵਰਤਣਗੇ ਉਹ ਜਿਵੇਂ ਕੇਜਰੀਵਾਲ ਚਾਹੁੰਦੇ ਆ। ਸਾਰੀ ਸੂਬੇ ਦੀ ਸਰਕਾਰ ਗਹਿਣੇ ਰੱਖ ਦਿੱਤੀ ਕੇਜਰੀਵਾਲ ਕੋਲ, ਇਹ ਬਹੁਤ ਸਾਡਾ ਵੱਡਾ ਇਸ਼ੂ। ਦੂਜੀ ਗੱਲ ਹੈ ਕਿ ਲਾਅ ਐਂਡ ਆਰਡਰ ਟੋਟਲ ਪੰਜਾਬ ਦੇ ਵਿੱਚ ਖਤਮ ਹੋ ਗਿਆ, ਲੁੱਟਾਂ ਖੋਹਾਂ ਕਤਲਾਂ ਡਾਕੇ, ਹਰ ਰੋਜ਼ ਇੱਕ ਵੀ ਬੰਦਾ ਕਿਤੇ ਅੱਜ ਸੇਫ ਨਹੀਂ ਮਹਿਸੂਸ ਹੁੰਦਾ। ਆ ਬਾਰਡਰ ਦੇ ਵਿੱਚ ਵਪਾਰ ਪਾਕਿਸਤਾਨ ਨਾਲ ਬੰਦ ਹੋਣ ਕਰਕੇ ਸਾਡੀ ਆਰਥਿਕਤਾ ਬਹੁਤ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਜਿਹੜੀ ਆ ਹੋ ਰਹੀ, ਜਿਹੜੀ ਹੈ ਡਿਵੈਲਪਮੈਂਟ ਬੰਦ ਹੋ ਰਹੀ ਹੈ, ਬੇਰੁਜ਼ਗਾਰੀ ਸਿੱਖਾਂ ਦੇ ਉੱਤੇ ਪਹੁੰਚ ਗਈ ਹੈ। ਇਹ ਸਾਰੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਰਲ ਕੇ ਇਕੱਠੇ ਹੋ ਕੇ ਸਾਨੂੰ ਕੁਛ ਕਰਨ ਦੇ। ਚਲੋ ਅਸੀਂ ਹੁਣ ਲੋਕਾਂ ਦੀ ਕਚਹਿਰੀ 'ਚ ਸਾਰਾ ਪੱਖ ਰੱਖਾਂਗੇ, ਉਹ ਆਪਣਾ ਰੱਖਣ, ਅਸੀਂ ਆਪਣਾ ਰੱਖਾਂਗੇ। ਆਹ ਹੁਣ 10,70,000 ਨੀਲੇ ਕਾਰਡ ਕੱਟ ਦਿੱਤੇ ਅਤੇ ਹੁਣ ਪਾਰਲੀਮੈਂਟ ਆ ਗਈ ਅਤੇ ਬਹਾਲ ਕਰ ਦਿੱਤੇ, ਅਤੇ ਜਿਹੜਾ ਇਹਨਾਂ ਲੋਕਾਂ ਨੇ 2,500 ਰੁਪਏ ਕੁਇੰਟਲ ਕਣਕ ਲੈ ਕੇ 2 ਸਾਲ ਗਰੀਬੀ 'ਚ ਖਾਧੀ ਹੈ, ਇਹ ਵੀ ਪੁਰਾਣੀਆਂ ਸਰਕਾਰਾਂ ਦਾ ਕਸੂਰ ਸੀ। ਪੁਰਾਣੀਆਂ ਤਾਂ ਦੇ ਕੇ ਗਈਆਂ ਸੀ, ਤੁਸੀਂ ਆ ਕੇ ਬੰਦ ਕਰਤਾ। ਚਲੋ ਉਹਨਾਂ ਦਾ ਆਪਣਾ ਇੰਟਰਨਲ ਮਸਲਾ, ਅਸੀਂ ਜਿਹੜੇ ਵੱਡੇ ਕਾਜ ਵਾਸਤੇ ਨਿਕਲੇ ਹਾਂ
ਉੱਥੇ ਅਸੀਂ ਡਟ ਕੇ ਆਪਣਾ ਪੈਰਾਂ ਦੇ